ਵਾਹਿਗੁਰੂ ਜੀ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚ ਤੇ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਲੋ ਗੁਰੂ ਨਾਨਕ ਨਾਮ ਧੰਨ ਧੰਨ ਬਾਬਾ ਖੇਮ ਸਿੰਘ ਜੀ 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 ਗੁਰੂ ਨਾਨਕ ਨਾਮ ਜਪਾ ਕੇ ਜੀ ਨਾਮ ਜਪਾ ਕੇ ਜੀ ਗੁੜ ਕੇ ਮਾਲਾ ਵਰਤਾ ਕੇ ਭੁੱਲਿਆਂ ਨੂੰ ਰਾਹੇ ਪਾ ਕੇ ਬਾਬਾ ਜੀ ਗਏ ਸੱਚ ਕੰਡ ਨੂੰ ਜੀ ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ ਗੁਰੂ ਨਾਨਕ ਚੌਦਾਂ ਸਤਾਈ ਜਨਵਰੀ ਚੌਦਾਂ ਮਾਘ ਸੀ ਦਿਨ ਬੁੱਧਵਾਰ ਦਾ ਆਇਆ ਬਾਬਾ ਖੇਮ ਸਿੰਘ ਜੀ ਭਾਣਾ ਵਰਤਾਇਆ ਅੰਮ੍ਰਿਤ ਵੇਲਾ ਹੋਇਆ ਦੋ ਸੰਗਤੇ ਜਦ ਵੱਜ ਗਏ ਬਾਬਾ ਆਨੰਦ ਸਿੰਘ ਜੀ ਨੇ ਬਬਾਨ ਭੇਜਿਆ ਵਿੱਚ ਬਾਬਾ ਖੇਮ ਸਿੰਘ ਜੀ ਸੱਜ ਗਏ ਹਫੜਾ ਦਫੜੀ ਮੱਚ ਗਈ ਕਹਿੰਦੇ ਡਾਕਟਰ ਬੁਲਾਓ ਡਾਕਟਰ ਕਹਿੰਦੇ ਬਾਬਾ ਜੀ ਗਏ ਸੱਚ ਖੰਡ ਨੂੰ ਤੁਸੀਂ ਘਰ ਨੂੰ ਜਾਓ ਸੁਣ ਕੇ ਤਾਹਾਂ ਮਾਰੀਆਂ ਆ ਗਈਆਂ ਕਾਰਾਂ ਟੈਲੀਫੋਨ ਸਭ ਖੜਕ ਗਏ ਕਿਸੇ ਪਾਈਆਂ ਤਾਰਾਂ ਬਿਬਾਨ ਜਨਕਪੁਰੀ ਆ ਗਿਆ ਕੋਠੀ ਨੰਬਰ C1208 ਦਰਸ਼ਨ ਕਰਨ ਲਈ ਬਾਬਾ ਜੀ ਦੇ ਸੰਗਤਾਂ ਦਾ ਹੋ ਗਿਆ ਬਹੁਤ ਇਕੱਠ ਸੰਗੀ ਸਾਥੀ ਸਾਰੇ ਹੀ ਹੁਣ ਰੋਵਣ ਲੱਗੇ ਦਰਸ਼ਨ ਕਰਨੋਂ ਦੌੜਦੇ ਇੱਕ ਦੂਜੇ ਤੋਂ ਅੱਗੇ ਕੋਠੀ ਵਿੱਚ ਜਦ ਪਹੁੰਚਿਆ ਬਾਬਾ ਜੀ ਦਾ ਬਿਵਾਨ ਪਾਠ ਹੋਏ ਸੁਖਮਣੀ ਸਾਹਿਬ ਦੇ ਲੱਗਾ ਸਾਰੀ ਰਾਤ ਦੀਵਾਨ ਰਾਤ ਲੰਘੀ ਸੰਗਤ ਜੀ ਫਿਰ 28 ਜਨਵਰੀ ਆਈ ਰਲ ਮਿਲ ਪਿਛੌਰੀ ਦਿੱਲੀ ਦੀਆਂ ਸੰਗਤਾਂ ਨੇ ਬਾਬਾ ਜੀ ਦੀ ਪਾਲਕੀ ਸਜਾਈ ਭੁੱਚੋ ਸਾਹਿਬ ਨੂੰ ਤੁਰਨ ਲਈ
ਜਦ ਪਾਲਕੀ ਹੋਈ ਤਿਆਰ, ਸੁਰਿੰਦਰ ਸਿੰਘ ਜੱਗੀ ਸਾਹਿਬ ਦਾ ਤਾਂ ਮਾਰ ਮਾਰ ਰੋਇਆ ਪਰਿਵਾਰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਭੁੱਲਿਆਂ ਨੂੰ ਰਾਹੇ ਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਚੱਲ ਕੇ ਪਾਲਕੀ ਪਹੁੰਚੀ ਕਰਨਾਲ। ਹਜ਼ਾਰਾਂ ਸੰਗਤਾਂ ਦਰਸ਼ਨ ਕਰ ਕਰ ਹੁੰਦੀਆਂ ਸੀ ਬੇਹਾਲ। ਕਰਨਾਲ ਪਾਲਕੀ ਨੂੰ ਰੋਕਿਆ, ਦਰਬਾਰ ਜਿੱਥੇ ਬਣਿਆ ਆਨੰਦ ਸੁਜਾਨ, ਧੰਨ ਧੰਨ ਬਾਬਾ ਖੇਮ ਸਿੰਘ ਜੀ, ਤੇਥੋਂ ਜਾਵਾਂ ਮੈਂ ਕੁਰਬਾਨ। ਅੰਬਾਲਾ ਰਾਜਪੁਰਾ ਲੰਘਿਆ, ਪਾਲਕੀ ਪਹੁੰਚੀ ਜਦੋਂ ਪਟਿਆਲੇ। ਹਜ਼ਾਰਾਂ ਸੰਗਤਾਂ ਖੜੀਆਂ ਸੀ ਪਾਲਕੀ ਦੇ ਆਲੇ ਦੁਆਲੇ। ਸੰਗਤਾਂ ਤੇ ਸੰਤਾਂ ਨੇ ਫੁੱਲਾਂ ਦੀ ਵਰਖਾ ਕੀਤੀ, ਨਾਲੇ ਪਾਏ ਫੁੱਲਾਂ ਦੇ ਹਾਰ। ਧੰਨ ਧੰਨ ਬਾਬਾ ਖੇਮ ਸਿੰਘ ਜੀ, ਤੇਥੋਂ ਜਾਈਏ ਅਸੀਂ ਬਲਿਹਾਰ। ਭਵਾਨੀਗੜ੍ਹ ਸੰਗਰੂਰ ਬਰਨਾਲਾ ਲੰਘ ਕੇ ਪਾਲਕੀ ਰਾਮਪੁਰਾ ਫੂਲ ਜਦ ਆਈ ਸੀ, ਲੱਖਾਂ ਹਜ਼ਾਰਾਂ ਸੰਗਤਾਂ ਖੜੀਆਂ, ਧੁਨੀ ਧੰਨ ਗੁਰੂ ਨਾਨਕ ਦੀ ਲਾਈ ਸੀ। ਰਾਮਪੁਰਾ ਫੂਲ ਤੋਂ ਲੈ ਕੇ ਪਿੰਡ ਪੁੱਚੋ ਕਲਾਂ ਤੱਕ ਲੱਖਾਂ ਸੰਗਤਾਂ ਰੋਂਦੀਆਂ, ਨਾਲੇ ਰੋਂਦੇ ਗਲੀਆਂ ਦੇ ਕੱਖ। ਪਾਲਕੀ ਸੀ ਜਦ ਪਹੁੰਚ ਗਈ ਡੇਰਾ ਬਾਬਾ ਰੂਮੀ ਵਾਲਾ, ਤਾਹਾਂ ਮਾਰ ਮਾਰ ਸੇਵਕ ਰੋਂਦੇ ਤੁਰ ਗਿਆ ਇਸ ਡੇਰੇ ਦਾ ਰਖਵਾਲਾ। ਬਾਬਾ ਮਹਾਂ ਹਰਨਾਮ ਸਿੰਘ ਦੇ ਤਪ ਸਾਨ ਤੇ ਮੱਥਾ ਟੇਕ ਕੇ ਬਿਬਾਨ ਰੱਖਿਆ ਸੀ ਵਿੱਚ ਹਾਲ ਦਰਬਾਰ। ਪਾਠੀ ਸਿੰਘ ਸੰਗੀ ਸੇਵਕ ਪਿੰਡ ਇਲਾਕੇ ਦੀਆਂ ਸੰਗਤਾਂ ਰੋਂਦੀਆਂ ਧਾਹਾਂ ਮਾਰ ਮਾਰ। ਰਾਤ ਲੰਘੀ ਕੀਰਤਨ ਕਰਦਿਆਂ ਦਿਨ 29 ਜਨਵਰੀ ਦਾ ਆਇਆ ਸੀ। ਬਾਬਾ ਜੀ ਦੇ ਸੇਵਕਾਂ ਨੇ ਬਾਬਾ ਜੀ ਦਾ ਅੰਤਮ ਇਸ਼ਨਾਨ ਕਰਾਇਆ ਸੀ। ਬਾਬਾ ਜੀ ਦੇ ਅੰਗੀਠੇ ਦੀ ਜਦ ਹੋ ਗਈ ਪੂਰੀ ਤਿਆਰੀ, 3 ਲੱਖ ਤੋਂ ਉੱਪਰ ਸੰਗਤਾਂ ਫੁੱਲ ਵਰਸਾਉਂਦੀਆਂ ਵਾਰੋ ਵਾਰੀ। ਚਿਖਾ ਚਿਣੀ ਗਈ ਲੱਕੜੀ ਚੰਦਨ ਦੀ, ਜਦ ਹੋਈ ਅਰਦਾਸ, ਸੰਗੀ ਸੇਵਕ ਸਾਰੇ ਰੋਂਦੇ ਬਾਬਾ ਜੀ ਸਾਨੂੰ ਰੱਖਿਓ ਆਪਣੇ ਪਾਸ। ਬਾਬਾ ਖੇਮ ਸਿੰਘ ਜੀ ਦੇ ਅੰਗੀਠੇ ਨੂੰ ਜਦ ਅਗਨੀ ਦਿਖਾਈ ਸੀ, ਸੰਗਤਾਂ ਤੇ ਮਹਾਂਪੁਰਖਾਂ ਨੇ ਧੁਨੀ ਗੁਰੂ ਨਾਨਕ ਦੀ ਲਾਈ ਸੀ। ਧੰਨ ਧੰਨ ਬਾਬਾ ਖੇਮ ਸਿੰਘ ਜੀ, ਕੀਤਾ ਸੱਚਖੰਡ ਪ੍ਰਵੇਸ਼। ਸੱਚੀ ਗੱਲ ਏ ਸੰਗਤੇ, ਅੱਜ ਰੋ ਪਿਆ ਸਾਰਾ ਦੇਸ਼, ਹੁਣ ਕਿਹੜਾ ਨਾਮ ਜਪਾਵੇਗਾ, ਕਿਹੜਾ ਭੁੱਲਿਆਂ ਨੂੰ ਰਾਹੇ ਪਾਵੇਗਾ।
ਕਿਹੜਾ ਗੁਟਕੇ ਮਾਲਾ ਵਰਤਾ ਕੇ ਗੁਰੂ ਨਾਨਕ ਨਾਮ ਜਪਾਵੇਗਾ। ਅਸੀਂ ਜਦੋਂ ਬਾਬਾ ਜੀ ਕੋਲ ਆਉਂਦੇ ਸੀ ਉਹ ਬੜੇ ਹੀ ਲਾਡ ਲੜਾਉਂਦੇ ਸੀ, ਉਹ ਖਾਲੀ ਝੋਲੀਆਂ ਭਰ ਦਿੰਦੇ, ਬਿਨਾਂ ਮੰਗਿਆਂ ਤੋਂ ਸਾਰੇ ਵਰ ਦਿੰਦੇ। ਹੁਣ ਜਦੋਂ ਡੇਰਾ ਬਾਬਾ ਰੂਮੀ ਵਾਲਾ ਜਨਕਪੁਰੀ ਦਿੱਲੀ ਜਾਵਾਂਗੇ, ਉੱਥੋਂ ਰੋਂਦੇ ਮੁੜ ਕੇ ਆਵਾਂਗੇ, ਅੱਖੀਆਂ ਤੇਰੇ ਦਰਸ਼ਨ ਚਾਹੁਣ, ਇਹਨਾਂ ਨੂੰ ਸਮਝਾਵਾਂਗੇ, ਹੁਣ ਅੱਖੀਓ ਨੀ ਮਾਹੀ ਮਿਲਣਾ, ਰੋ ਕੇ ਚੁੱਪ ਕਰਾਵਾਂਗੇ। ਜਪਜੀ ਸਾਹਿਬ ਕੀਰਤਨ ਸੋਹਲੇ ਦਾ ਪਾਠ ਹੋਇਆ, ਫਿਰ ਹੋਈ ਅਰਦਾਸ, ਸੰਗੀ ਸੇਵਕ ਸਾਰੇ ਹੋ ਗਏ ਬਹੁਤ ਉਦਾਸ। ਚੜ੍ਹਦੀ ਕਲਾ ਟਾਈਮ ਟੀਵੀ ਤੇ ਜਦ ਵੇਖਿਆ ਅੰਤਮ ਸੰਸਕਾਰ, ਲੱਖਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਖਦੀਆਂ ਬਾਬਾ ਜੀ ਸਾਡੀ ਵੀ ਨਮਸਕਾਰ। ਦਾਸ ਬਲਵਿੰਦਰ ਸਿੰਘ ਕੁਰਾਲੀ ਵਾਲਾ ਬੇਨਤੀ ਕਰਦਾ, ਸਾਡੀ ਲੱਗੀਆਂ ਦੀ ਤੋੜ ਨਿਭਾਵੀ ਤੋਂ, ਜਿਹੜੀ ਹਜ਼ੂਰ ਸਾਹਿਬ ਲੰਗਰ ਦੀ ਸੇਵਾ ਲਾਈ, ਜਿਹੜੀ ਹਜ਼ੂਰ ਸਾਹਿਬ ਲੰਗਰ ਦੀ ਡਿਊਟੀ ਲਾਈ, ਬਾਬਾ ਜੀ ਆਪੇ ਹੀ ਕਰਵਾਵੀ ਤੋਂ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚ ਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਫੁੱਲਿਆਂ ਨੂੰ ਰਾਹੇ ਪਾ ਕੇ ਦੀ ਗੁਟਕੇ ਮਾਲਾ ਵਰਤਾ ਕੇ ਬਾਬਾ ਜੀ ਗਏ ਸੱਚਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚਖੰਡ ਨੂੰ, ਗੁਰੂ ਨਾਨਕ ਨਾਮ ਜਪਾ ਕੇ ਬਾਬਾ ਜੀ ਗਏ ਸੱਚਖੰਡ ਨੂੰ, ਧੰਨ ਧੰਨ ਬਾਬਾ ਖੇਮ ਸਿੰਘ ਜੀ, 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 ਧੰਨ ਬਾਬਾ ਖੇਮ ਸਿੰਘ ਜੀ, ਧੰਨ ਧੰਨ ਬਾਬਾ ਖੇਮ ਸਿੰਘ ਜੀ, ਧੰਨ ਧੰਨ ਬਾਬਾ ਖੇਮ ਸਿੰਘ ਜੀ, ਧੰਨ ਧੰਨ ਬਾਬਾ ਖੇਮ ਸਿੰਘ ਜੀ, ਮੇਰੀ ਨਮਸਕਾਰ ਤੇਰਿਆਂ ਚਰਨਾਂ ਤੇ ਸੱਚਖੰਡ ਜਾਣ ਵਾਲਿਆ, ਮੇਰੀ ਨਮਸਕਾਰ ਤੇਰਿਆਂ ਚਰਨਾਂ ਤੇ ਸੱਚਖੰਡ ਜਾਣ ਵਾਲਿਆ, ਮੇਰੀ ਨਮਸਕਾਰ ਸਾਰੇ ਬੋਲੋ, ਬੋਲੋ ਭੈਣੋ, ਮੇਰੀ ਨਮਸਕਾਰ ਨਮਸਕਾਰ ਤੇਰੀਆਂ ਚਰਨਾਂ ਤੇ ਬਾਬਾ ਜੀ, ਤੇਰੀਆਂ ਚਰਨਾਂ ਤੇ ਸੱਚਖੰਡ ਜਾਣ ਵਾਲਿਆ, ਮੇਰੀ ਨਮਸਕਾਰ ਤੇਰੀਆਂ ਚਰਨਾਂ ਤੇ ਸੱਚਖੰਡ ਜਾਣ ਵਾਲਿਆ, ਮੇਰੀ ਨਮਸ
ਕਰ ਤਿਰਿਆ ਮਾਣਯੋਗ ਸਤਿਕਾਰਯੋਗ ਗੁਰਸਵਾਰੇ ਗੁਰ ਪਿਆਰੇ ਖਾਲਸਾ ਜੀ ਪਿਆਰੇ ਸਤਸੰਗੀ ਜਣੋ ਅੱਜ ਅੰਮ੍ਰਿਤ ਵੇਲਾ ਸਾਢੇ 12 ਤੋਂ ਉੱਪਰ ਸਮਾਂ ਹੋ ਗਿਆ ਹੈ। ਧੰਨ ਧੰਨ ਪਿਆਰੇ ਬਾਬਾ ਖੇਮ ਸਿੰਘ ਜੀ ਮਹਾਰਾਜ ਦਾ ਦੁਸਹਿਰੇ ਦਾ ਦਿਹਾੜਾ ਆ ਗਿਆ। ਖੁਸ਼ ਸਤਨਾਮ ਕਬੀਰ ਕਲਯੁਗ ਆ ਗਿਆ ਝੜ ਝੜ ਪੈਣ ਅੰਗਿਆਰ ਜੇ ਸੰਤ ਨਾ ਹੋਤੇ ਜਗਤ ਮੈਂ ਤੇ ਜਲ ਮਰਤਾ ਸੰਸਾਰ ਧੰਨ ਧੰਨ ਬਾਬਾ ਮਹਾਰਨਾਮ ਸਿੰਘ ਜੀ ਮਹਾਰਾਜ ਭੁੱਚੋ ਵਾਲੇ ਜਿਨ੍ਹਾਂ ਨੇ ਇਸ ਧਰਤੀ ਤੇ ਤਪ ਕੀਤਾ ਇਸੇ ਸਥਾਨ ਤੇ ਹੀ ਸੰਤ ਬਾਬਾ ਨਰਾਇਣ ਸਿੰਘ ਜੀ ਫਿਰ ਸੰਤ ਬਾਬਾ ਈਸ਼ਰ ਸਿੰਘ ਜੀ ਔਰ ਉਸ ਤੋਂ ਬਾਅਦ 1970 ਮਾਰਚ ਮਹੀਨੇ ਦੇ ਵਿੱਚ ਆਏ ਪੰਚਾਇਤ ਲੈ ਕੇ ਆਈ ਪਿੰਡ ਦੀ ਦਿੱਲੀ ਤੋਂ ਇਸ ਅਸਥਾਨ ਤੇ ਧੰਨ ਧੰਨ ਬਾਬਾ ਖੇਮ ਸਿੰਘ ਜੀ ਮਹਾਰਾਜ ਨੂੰ ਆਖ ਸਤਨਾਮ ਵਾਹਿਗੁਰੂ ਜਿਨ੍ਹਾਂ ਦਾ ਜਨਮ 1 ਚੇਤਰ 1904 ਪਿੰਡ ਚੂੜ ਚੱਕ ਪੱਤੀ ਕਲੇਰ ਗੋਤ ਵੀ ਕਲੇਰ ਪਿਤਾ ਸਰਦਾਰ ਲੀਕਲ ਸਿੰਘ ਮਾਤਾ ਨਰਾਇਣ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। 20-25 ਸਾਲ ਬਾਬਾ ਨੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰਹੇ। ਜਦੋਂ ਬਾਬਾ ਨੰਦ ਸਿੰਘ ਜੀ ਸਰੀਰ ਕਰਕੇ ਵਿਛੋੜਾ ਦੇ ਗਏ ਫਿਰ ਸੰਤ ਸੁਜਾਨ ਸਿੰਘ ਜੀ ਮਹਾਰਾਜ ਨਾਲ ਦਿੱਲੀ ਚਲੇ ਗਏ ਪਰ ਦਿੱਲੀ ਜਾ ਕੇ ਵੀ ਬਰਾਗ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਵੱਡਾ ਬੜਾ ਬਰਾਗ ਡਾਢਾ ਬਰਾਗ। ਫਿਰ ਹਜ਼ੂਰ ਸਾਹਿਬ ਚਲੇ ਗਏ 1.25 ਸਾਲ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ 'ਚ ਸੇਵਾ ਕੀਤੀ। 40 ਸਾਲ ਇੱਥੇ ਡਿਊਟੀ ਕੀਤੀ। ਉਹ ਦਿਨ ਆ ਗਿਆ 14 ਮਾਘ 27 ਜਨਵਰੀ ਨੂੰ ਜਦੋਂ ਅੰਮ੍ਰਿਤ ਵੇਲੇ ਬਾਬਾ ਜੀ ਸੱਚਖੰਡ ਚਲੇ ਗਏ। ਬਾਬਾ ਜੀ ਦਾ ਬਵਾਨ ਜਨਕਪੁਰੀ ਆਇਆ ਜੰਗਲ ਨੂੰ ਲੱਗੀ ਅੱਗ ਵਾਂਗ ਇਸ ਗੱਲ ਸੰਸਾਰ ਦੇ ਕੋਨੇ ਕੋਨੇ ਤੇ ਪਹੁੰਚ ਗਈ ਕਿ ਬਾਬਾ ਜੀ ਸੱਚਖੰਡ ਚਲੇ ਗਏ। ਦਿੱਲੀ ਤੋਂ ਫਿਰ ਬਵਾਨ ਆਇਆ ਇੱਥੇ ਗਲੀਆਂ ਦੇ ਕੱਖ ਵੀ ਰੋਂਦੇ ਸੀ ਖਾਲਸਾ ਜੀ ਗਲੀਆਂ ਦੇ ਕੱਖ ਵੀ। ਧੰਨ ਧੰਨ ਬਾਬਾ ਖੇਮ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 40 ਸਾਲ ਨਾਮ ਜਪਿਆ ਤੇ ਨਾਮ ਜਪਾਇਆ। ਅੱਜ ਬੇਨਤੀ ਹੈ ਕਿਹੜੇ ਦੇਸ਼ ਲਾਏ ਪ੍ਰੀਤਮਾ ਡੇਰੇ ਸੰਗਤਾਂ ਉਡੀਕਦੀਆਂ ਕਿਹੜੇ ਦੇਸ਼ ਲਾਏ ਨੇ ਜਾ ਕੇ ਡੇਰੇ ਸੰਗਤਾਂ ਉਡੀਕਦੀਆਂ ਕਿਹੜੇ ਕਿਹੜੇ ਦੇਸ਼ ਲਾਏ ਨੇ ਜਾ ਕੇ ਡੇਰੇ ਸੰਗਤਾਂ ਉਡੀਕਦੀਆਂ ਕਿਹੜੇ ਦੇਸ਼।
ਖੇਮ ਸਿੰਘ ਜੀ ਮਹਾਰਾਜ ਗੁਰਮੁਖੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਾਮ ਜਪਿਆ ਤੇ ਨਾਮ ਜਪਾਇਆ, ਉਹ ਜਾਨਵਰਾਂ ਵਾਸਤੇ ਅਲੱਗ ਲੰਗਰ, ਉਹ ਗਊਆਂ ਵਾਸਤੇ ਅਲੱਗ ਪੱਠੇ, ਟਰੱਕਾਂ ਦੇ ਟਰੱਕ ਭਰ ਭਰ ਕੇ ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਲੰਗਰ ਹੀ ਲੰਗਰ ਲਾ ਦਿੱਤੇ। ਭਾਵੇਂ ਕੋਈ ਟ੍ਰੇਨ 'ਚ ਜਾਵੇ, ਭਾਵੇਂ ਕੋਈ ਬਾਈ ਰੋਡ ਜਾਵੇ, ਲੰਗਰ ਹੀ ਲੰਗਰ ਲਾ ਦਿੱਤੇ ਤੇ ਤਖਤਾਂ ਤੇ ਸਮਾਨ ਭੇਜਣਾ ਕਾਰ ਸੇਵਾ ਵਾਲੇ ਡੇਰਿਆਂ 'ਚ, ਤੇ ਸੇਵਾਦਾਰਾਂ ਨੂੰ ਕਹਿਣਾ ਸਮਾਨ ਲਾਇਓ ਪਰ ਦੱਸਿਓ ਨਾ ਕਿੰਨੇ ਭੇਜਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਬੈਠੀਆਂ ਅਮਰੀਕਾ ਦੀਆਂ ਸੰਗਤਾਂ ਇੰਗਲੈਂਡ ਦੀਆਂ, 7 ਮਹੀਨੇ ਮੈਨੂੰ ਬਾਬਾ ਜੀ ਨੇ ਪਿਛਲੇ ਸਾਲ ਬਾਹਰ ਭੇਜਿਆ, 7 ਮਹੀਨੇ। ਜਿਹੜਾ ਆਵੇ ਬਾਹਰੋਂ ਤੁਹਾਡੇ ਕੋਲ ਸਮਾਨ ਕਿੰਨਾ ਕੁ ਹੈ? ਬਾਬਾ ਜੀ ਤੁਸੀਂ ਦੱਸੋ ਤਾਂ ਸਹੀ। ਬਾਬਾ ਜੀ ਨੇ ਕਹਿਣਾ ਆ ਗੁੜਕੇ ਮਾਲਾ ਲੈ ਜਾਓ, ਟੈਚੀਆਂ ਦੇ ਟੈਚ, ਜਿੱਧਰ ਵੀ ਮੈਂ ਇੰਗਲੈਂਡ ਅਮੈਰੀਕਾ ਜਾਵਾਂ ਟੈਲੀਫੋਨ ਸਾਨੂੰ ਜੀ ਬਾਬਾ ਜੀ ਨੇ ਤੁਹਾਡਾ ਨੰਬਰ ਦਿੱਤਾ ਹੈ, ਗੁੜਕੇ ਮਾਲਾ ਅਸੀਂ ਲੈ ਕੇ ਆਏ ਹਾਂ। 7 ਮਹੀਨਿਆਂ 'ਚ 18,000 ਸਹਿਜ ਪਾਠ ਕਰਾਇਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮੈਂ ਆਇਆ ਬਾਬਾ ਜੀ ਕਹਿੰਦੇ ਜੋ ਮੰਗਣਾ ਹੀ ਮੰਗ ਲਏ, ਚਰਨਾਂ 'ਤੇ ਨਮਸਕਾਰ ਕੀਤੀ ਜੀ, ਤੁਹਾਡਾ ਦਿੱਤਾ ਬੜਾ, ਨਾਲੇ ਕਿ 80 ਲੱਖ ਰੁਪਈਆ ਮੈਂ ਖੁਦ ਵੀ ਲਿਆਇਆ ਸੀ। ਉਹ ਕਿਹੜਾ ਇਹੋ ਜਿਹਾ ਮਹਾਂਪੁਰਖ ਹੈ, ਸੇਵਕ ਬਾਹਰੋਂ ਆਵੇ ਤੇ ਮਹਾਂਪੁਰਖ ਕਹਿਣ ਉਹ ਪੈਸਿਆਂ ਦੀ ਲੋੜ ਨਹੀਂ, ਤੂੰ ਦੱਸ ਤੈਨੂੰ ਕੀ ਚਾਹੀਦਾ। ਉਹਨਾਂ ਦੇਸ਼ਾਂ 'ਚ ਲੋਕਾਂ ਕੋਲ ਟਾਈਮ ਨਹੀਂ, ਉਹ ਤੂੰ ਸੁੱਤਿਆਂ ਨੂੰ ਨਾਮ ਜਪਾ ਕੇ। ਉਹ ਬਾਬਾ ਜੀ ਸਾਡੇ ਆਖੇ ਕੌਣ ਕਰੇਗਾ, ਇਹ ਤੇ ਤੁਹਾਡੀਆਂ ਰਹਿਮਤਾਂ ਵਰਸੀਆਂ, ਫਿਰ ਵੀ 20 ਲੱਖ ਦੀ ਨਵੀਂ ਕਾਰ ਲੈ ਕੇ ਦਿੱਤੀ। ਗੁਰਮੁਖੋ ਮੈਂ ਦੁਨਿਆਵੀ ਚੀਜ਼ਾਂ ਦੀ ਗੱਲ ਨਹੀਂ ਕਰਦਾ, ਮੇਰੇ ਕਹਿਣ ਤੋਂ ਭਾਵ ਹੈ ਬਾਬਾ ਜੀ ਦੀਆਂ ਵਡਿਆਈਆਂ ਗਿਣੀਆਂ ਹੀ ਨਹੀਂ ਜਾਂਦੀਆਂ। 1 ਹਫ਼ਤਾ ਪਹਿਲਾਂ ਟੈਲੀਫੋਨ ਭਾਈ ਮਨਜੀਤ ਸਿੰਘ ਮੰਜੂ ਨੇ ਮੱਥਾ ਟਿਕਾਇਆ, ਬਾਬਾ ਜੀ ਮਾਘ ਦਾ ਮਹੀਨਾ ਮੱਥਾ ਟੇਕਦੇ ਹਾਂ, ਤਗੜਾ ਹੋ ਕੇ ਸੇਵਾ ਕਰ। ਜਿਹੜੀ ਸੰਗਤ 1 ਵਾਰ ਹਜ਼ੂਰ ਸਾਹਿਬ ਆਉਂਦੀ ਹੈ ਨਾ, ਉਹ ਦੁਬਾਰਾ ਦੁਬਾਰਾ ਨਹੀਂ ਆਉਂਦੀ, ਤਗੜਾ ਹੋ ਕੇ ਸੇਵਾ ਕਰ। ਨਾਲ ਕਹਿੰਦੇ ਬਾਬਾ ਸੁਖਦੇਵ ਸਿੰਘ ਬੜਾ ਸੰਗਤਾਂ ਨੂੰ ਪ੍ਰੇਰਨਾ ਦਿੰਦਾ, ਬੜੀ ਪ੍ਰੇਰਨਾ ਦਿੰਦਾ, ਬੜਾ ਨਾਮ ਜਪਾਉਂਦਾ। ਤੇ ਦਾਸ ਨੂੰ ਬਾਬਾ ਜੀ ਕਹਿੰਦੇ ਬੜੀਆਂ ਖੁਸ਼ੀਆਂ, ਬਹੁਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਭਾਈ ਮਨਜੀਤ ਸਿੰਘ ਮੰਜੂ ਦੇ ਟੈਲੀਫੋਨ ਦੁਆਰਾ, ਪਰ ਇਹ ਨਹੀਂ ਸੀ ਪਤਾ ਮੈਂ ਤੇ ਦਰਸ਼ਨ ਕਰਨ ਲਈ ਹਜ਼ੂਰ ਸਾਹਿਬ ਤੋਂ ਆ ਰਿਹਾ ਸੀ ਬਾਈ ਰੋਡ ਤੇ। ਗੁਰਮੁਖੋ ਜਦੋਂ ਮੈਂ ਆਗਰੇ ਆਇਆ ਨਾ ਤੜਕੇ ਦੇ 4 ਵਜੇ, ਧੁੰਦ ਬੜੀ ਤੇ ਰੁਕਿਆ, ਸੋਚਿਆ ਥੋੜ੍ਹਾ ਜਿਹਾ ਰੁਕ ਜਾਈਏ ਤੇ ਭਾਈ ਮਨਜੀਤ ਸਿੰਘ ਦਾ ਟੈਲੀਫੋਨ ਆ ਗਿਆ, ਕਹਿੰਦੇ ਰੁਕੋ ਨਾ ਲੱਗੇ ਆ ਜਾਓ, ਭਾਣਾ ਵਰਤ ਗਿਆ। ਜਦੋਂ ਆ ਕੇ ਦੇਖਿਆ ਮੇਰਾ ਪ੍ਰੀਤਮ ਪਿਆਰਾ ਕਿਹੜੇ ਦੇਸ਼ ਗਿਆ, ਮੇਰਾ ਪ੍ਰੀਤਮ ਪਿਆਰਾ ਕਿਹੜੇ ਦੇਸ਼ ਗਿਆ, ਮੇਰਾ ਪ੍ਰੀਤਮ ਪਿਆਰਾ ਕਿਹੜੇ ਮੇਰਾ ਪ੍ਰੀਤਮ ਪਿਆਰਾ ਕਿਹੜੇ ਦੇਸ਼ ਗਿਆ। ਰੋ ਰੋ ਕੇ ਤਾਹਾਂ ਮਾਰ ਮਾਰ ਕੇ ਸੰਗਤਾਂ ਰੋਂਦੀਆਂ ਸਨ। ਇੱਥੇ ਵੀ ਆਪ ਜੀ ਨੇ ਤੱਕਿਆ, ਰਾਮਪੁਰਾ ਫੂਲ ਤੋਂ ਲੈ ਕੇ ਇੱਥੋਂ ਤੱਕ 13 ਕਿਲੋਮੀਟਰ। ਜਦੋਂ ਬਾਬਾ ਜੀ ਦਾ ਬਵਾਨ ਆਇਆ, ਜਦੋਂ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ, ਲੱਖਾਂ ਸੰਗਤਾਂ ਰੋ ਰੋ ਕੇ ਬਾਬਾ ਜੀ ਬਾਬਾ ਜੀ ਇਹੋ ਜਿਹਾ ਸਾਧੂ ਮਿਲਣਾ, ਉਹ ਵੀ ਕਲਯੁਗ ਦੇ ਸਮੇਂ ਦੇ ਵਿੱਚ, ਕਦੇ ਆਪਣਾ ਆਸਣ ਲਾਇਆ ਨਾ, ਕਦੇ ਗਲ ਵਿੱਚ ਹਾਰ ਪਵਾਇਆ ਨਾ, ਅੱਜ ਉੱਚੇ ਆਸਣ ਲੱਗ ਗਏ ਨਾ, ਹਰ ਗਲੇ ਵਿੱਚ ਪੈਂਦੇ ਨੇ, ਲੱਖਾਂ ਲੋਕੀ ਆ ਕਰਕੇ ਧੰਨ ਬਾਬਾ ਜੀ ਕਹਿੰਦੇ ਨੇ। ਫੋਟੋ ਨਾ ਖਿੱਚਣ ਦੇਣੀ,
ਹਾਰ ਨਾ ਪਾਉਣ ਦੇਣਾ ਗੁਰਮੁਖੋ। ਉਹ 3.5 ਸਾਲ ਲੋਕੇ ਹੀ ਬਹਿ ਗਏ ਦਿੱਲੀ ਜਾ ਕੇ, ਲੁਕ ਕੇ ਇੱਕ ਹਨੇਰੇ ਕਮਰੇ ਵਿੱਚ। ਸਾਬਰ ਅੰਦਰ ਸਾਤਰੀ ਤਾਨੇ ਵੀ ਜਾਲੇ ਨਾ, ਹੁਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣਾ। ਮੈਂ ਬਹੁਤਾ ਕੁਝ ਨਾ ਕਹਾ, ਇਹ ਸਾਰਾ ਕੁਝ ਕੈਸਟਾਂ ਵਿੱਚ ਰਿਕਾਰਡਿੰਗ ਹੋ ਚੁੱਕਾ, ਟੀ-ਸੀਰੀਜ ਕੰਪਨੀ ਵੱਲੋਂ, ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ, NVI ਕੰਪਨੀ ਵੱਲੋਂ। ਜਦੋਂ ਤੋਂ ਦਿੱਲੀ ਤੋਂ ਬਵਾਨ ਤੁਰਿਆ ਸੰਸਕਾਰ ਤੱਕ, ਇਹ ਅੰਤਮ ਦਰਸ਼ਨ ਬਾਬਾ ਜੀ ਦੇ, ਇਹ ਸਾਰੀਆਂ ਰਿਕਾਰਡਿੰਗਾਂ ਆਪ ਜੀ ਨੂੰ ਬਾਬਾ ਜੀ ਦੇ ਕੱਲ੍ਹ 6 ਤਰੀਕ ਨੂੰ ਇੱਥੋਂ ਜਦੋਂ ਸਵੇਰੇ 7 ਵਜੇ ਫੁੱਲ ਲੈ ਕੇ ਜਦੋਂ ਸੰਗਰੂਰ ਬਰਨਾਲਾ ਪਟਿਆਲਾ ਸਰਹੰਦ ਮਰਿੰਡਾ ਧੋਂਦੇ ਹੋਏ ਜਦੋਂ ਕੁਰਾਲੀ ਬਾਬਾ ਜੀ ਨੇ ਉਹਦਾ ਤੇ ਚਰਨ ਨਹੀਂ ਪਾਏ, ਇਸੇ ਰੂਪ ਵਿੱਚ ਹੀ ਸਹੀ ਉੱਥੇ ਕੁਰਾਲੀ ਸੰਗਤਾਂ ਲੰਗਰ ਪਾਣੀ ਛਕਣ ਗਈਆਂ, ਉੱਥੇ ਕੈਸਟਾਂ ਤੁਹਾਨੂੰ ਫਰੀ ਦਿੱਤੀਆਂ ਜਾਣਗੀਆਂ। ਪਰ ਫਰੀ ਵੀ ਨਹੀਂ, 1 CD ਤੇ 5 ਪਾਠ ਸੁਖਮਨੀ ਸਾਹਿਬ ਦੇ ਜਿਹਨਾਂ ਕਰਨੇ ਹੋਏ, ਉਹ ਪ੍ਰੀਤਮ ਪਿਆਰੇ ਦੀ ਇਹ ਯਾਦ ਨੂੰ ਸਾਂਭ ਕੇ ਰੱਖਿਓ ਕਿ 5 ਪਾਠ ਸੁਖਮਨੀ ਸਾਹਿਬ ਦੇ ਕਰੋ ਤੇ 1 ਬਾਬਾ ਜੀ ਦੀ ਪੂਰੀ ਵੀਡੀਓ ਜਿਹੜੀ ਆ ਸਾਰਾ ਕੀਰਤਨ ਵਿੱਚ ਭਰਿਆ ਹੋਇਆ, ਕਿਸੇ ਬਿਜ਼ਨਸ ਲਈ ਨਹੀਂ, ਕੇਵਲ ਪ੍ਰੀਤਮ ਪਿਆਰੇ ਦੀਆਂ ਅੰਤਮ ਯਾਦਾਂ। ਇਹ ਕੁਰਾਲੀ ਆਪ ਜੀ ਨੂੰ ਅੱਜ ਦਿਨ ਚੜ੍ਹ ਗਿਆ, 5 ਤਰੀਕ ਹੈ, ਕੱਲ੍ਹ 6 ਤਰੀਕ ਨੂੰ ਕੁਰਾਲੀ ਫਿਰ ਹੈਲੀਕਾਪਟਰ ਫੁੱਲਾਂ ਦੀ ਵਰਖਾ ਕਰੇਗਾ, ਆਰਮੀ ਬੈਂਡ ਸਲਾਮੀ ਦੇਵੇਗਾ। ਪ੍ਰੀਤਮ ਪਿਆਰਾ, ਮੈਂ ਅੱਜ ਕੁਰਾਲੀ ਕੀਰਤਪੁਰ ਪਤਾਲਪੁਰੀ ਤੋਂ ਤਿਆਰੀ ਕਰਾ ਕੇ ਆ ਰਿਹਾ ਸੀ, ਇੱਥੋਂ ਡਿਊਟੀ ਲੱਗੀ ਸੀ ਤੇ ਮੈਂ ਕੁਰਾਲੀ ਧਾਰਨਾ ਲਿਖਾ ਰਿਹਾ ਸੀ ਕਿ ਬਾਬਾ ਜੀ ਉਦਾਂ ਤੇ ਨਾ ਆਏ। ਜਦੋਂ ਚੰਡੀਗੜ੍ਹ ਗਏ ਬੜੀਆਂ ਬੇਨਤੀਆਂ ਕੀਤੀਆਂ, ਉਦਾਂ ਤੇ ਨਹੀਂ ਆਏ, ਪਰ ਮੈਂ ਧਾਰਨਾ ਲਿਖਾਈ, ਸਾਨੂੰ ਦਰਸ਼ਨ ਦੇਣ ਲਈ ਆਏ ਬਾਬਾ ਜੀ ਰੂਪ ਹੋਰ ਧਾਰਿਆ, ਸਾਨੂੰ ਦਰਸ਼ਨ ਦੇਣ ਲਈ ਆਏ ਬਾਬਾ ਜੀ ਰੂਪ ਹੋਰ ਧਾਰਿਆ, ਸਾਨੂੰ ਦਰਸ਼ਨ ਦੇਣ ਲਈ ਆਏ ਬਾਬਾ ਜੀ ਰੂਪ ਹੋਰ ਧਾਰਿਆ, ਸਾਨੂੰ ਦਰਸ਼ਨ ਦੇਣ ਲਈ ਆਏ ਬਾਬਾ ਜੀ ਰੂਪ ਹੋਰ ਧਾਰਿਆ। ਬਾਬਾ ਜੀ ਫੁੱਲਾਂ ਦੇ ਰੂਪ 'ਚ ਸਹੀ, ਕੁਰਾਲੀ ਤੋਂ ਹੋ ਕੇ ਫਿਰ ਉੱਥੋਂ ਫਿਰ ਕੀਰਤਪੁਰ ਪਤਾਲਪੁਰੀ ਬਾਬਾ ਜੀ ਦੇ ਫੁੱਲ ਜਲ ਪ੍ਰਵਾਹ ਕੀਤੇ ਜਾਣਗੇ। ਇੱਥੋਂ ਦੇ ਸਮੂਹ ਸੇਵਾਦਾਰ ਪਾਠੀ ਸਿੰਘ, ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ, ਸੰਗੀ ਦੇਸ਼ਾਂ ਵਿਦੇਸ਼ਾਂ ਤੋਂ ਆਏ, ਸਭ ਦੇ ਚਰਨਾਂ 'ਚ ਸਾਡੀ ਨਮਸਕਾਰ ਹੈ। ਨਾਲ ਬੇਨਤੀ ਵੀ ਕਰਿਓ, ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਦਾ ਬਾਬਾ ਜੀ ਨਾਲ ਬੜਾ ਪਿਆਰ ਸੀ, ਜਿਹਦੇ ਸਦਕੇ ਸੰਤ ਬਾਬਾ ਸੁਖਦੇਵ ਸਿੰਘ ਜੀ, ਉਹਨਾਂ ਦੇ ਸਦਕੇ ਬਾਬਾ ਕੁੰਦਨ ਸਿੰਘ ਮਹਾਰਾਜ ਦਾ ਵਿਛੋੜਾ ਤੇ ਮਹਿਸੂਸ ਨਹੀਂ ਹੋਇਆ, ਪਰ ਹੁਣ ਅੱਗੇ ਹਨੇਰਾ ਹੀ ਹਨੇਰਾ। ਫਿਰ ਵੀ ਬਾਬਾ ਜੀ ਬੜੀ ਵੱਡੀ ਕਿਰਪਾ ਕਰਕੇ ਬਾਬਾ ਸੁਖਦੇਵ ਸਿੰਘ ਜੀ ਵਰਗਾ ਹੀਰਾ ਸਾਨੂੰ ਬਖਸ਼ ਕੇ ਗਏ, ਜਿਹੜਾ ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ, ਕੀ ਆਖਾਂ ਕੀ ਆਖ ਸੁਣਾਵਾਂ, ਹੋਸ਼ ਗਵਾਈ ਮੇਰੀ। ਐਸੇ ਬਾਬਾ ਸੁਖਦੇਵ ਸਿੰਘ ਜੀ ਵਰਗੇ ਹੀਰੇ ਜਿਹੜੇ ਸਾਨੂੰ ਨਾਮ ਜਪਾਉਣਗੇ,
ਨਾਮ ਆਪ ਜਪਦੇ ਸਾਨੂੰ ਜਪਾਉਂਦੇ ਬਾਬਾ ਜੀ ਦੀਆਂ ਉਹਨਾਂ ਖੁਸ਼ੀਆਂ ਲਈਆਂ, ਅਸੀਂ ਉਹਨਾਂ ਦੇ ਹੁਕਮ ਵਿੱਚ ਡਿਊਟੀਆਂ ਜਿਵੇਂ ਜਿਵੇਂ ਉਹ ਕਰਾਉਣਗੇ। ਮੈਂ ਤਾਂ ਛੋਟਾ ਹੁੰਦਾ ਹੀ ਇਹਨਾਂ ਦੇ ਨਾਲ, ਪਹਿਲਾਂ ਬਾਬਾ ਕੁੰਦਨ ਸਿੰਘ ਜੀ ਨੇ ਕਿਰਪਾ ਕੀਤੀ, ਫਿਰ ਇਹਨਾਂ ਨੇ ਕਿਰਪਾ ਕੀਤੀ, ਤਾਂ ਬਾਬਾ ਸੁਖਦੇਵ ਸਿੰਘ ਜੀ ਦੇ ਹੁਕਮ ਵਿੱਚ ਅਸੀਂ ਸਾਰੇ ਵਿਹੰਗਮ ਸੇਵਾਦਾਰ ਨਾਨਕ ਸਰ ਦੀ ਸੰਪਰਦਾ ਹੋਰ ਸੰਗੀ ਆਓ ਭਾਈ ਕਿਰਪਾ ਕਰਨ ਗਰੀਬ ਨਵਾਜ਼। ਬਾਬਾ ਜੀ ਗਏ ਤਾਂ ਕਿਤੇ ਵੀ ਨਹੀਂ, ਹਾਜ਼ਰ ਨਾਜ਼ਰ ਵੱਸਦੇ ਨੇ, ਪਰ ਉਹਨਾਂ ਦਾ ਵਿਛੋੜਾ ਭੁੱਲਣ ਵਾਲਾ ਨਹੀਂ। ਪੜ੍ਹੋ ਧਾਰਨਾ ਫਿਰਦਾਸ ਵੱਲੋਂ ਸਮਾਪਤੀ ਹੈ, ਨਹੀਂ ਉਹ ਭੁੱਲਣਾ ਵਿਛੋੜਾ ਤੇਰਾ ਸੱਚਖੰਡ ਜਾਣ ਵਾਲਿਆ, 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 ਸੱਚਖੰਡ ਜਾਣ ਵਾਲਿਆ, ਛੋੜਾ ਤੇਰਾ ਸੱਚਖੰਡ ਜਾਣ ਵਾਲਿਆ, ਨਹੀਂ ਭੁੱਲਣਾ ਵਿਛੋੜਾ ਤੇਰਾ ਸੱਚਖੰਡ ਜਾਣ ਵਾਲਿਆ। ਪੀਰ ਜਬ ਤੁਮੈ ਜਗਤ ਮੈਂ ਜਗ ਹੱਥੇ ਤੁਮਰੋਏ, ਅਸੀਂ ਕਰਨੀ ਕਰ ਗਏ ਤੁਮ ਹੱਥੋਂ ਜਗ ਹੋਈਆਂ, ਭੁੱਲਾਂ ਬਖਸ਼ ਲੈਣੀਆਂ ਅੱਜ ਭੋਗ ਪੈਣਗੇ। ਬੇਅੰਤ ਮਹਾਂਪੁਰਖ ਸੰਪਰਦਾਵਾਂ ਲੱਖਾਂ ਦੀ ਤਦਾਦ ਸੰਗਤਾਂ ਮਹਾਤਮਾ ਆਉਣਗੇ, ਔਰ ਕੱਲ੍ਹ ਨੂੰ ਬਾਬਾ ਜੀ ਦੇ ਫੁੱਲ ਇੱਥੋਂ ਕੀਰਤਪੁਰ ਪਤਾਲਪੁਰੀ ਜਾਣਗੇ। ਅਤੇ ਇਹ ਫਿਰ ਬੇਨਤੀ ਕਰ ਜਾਵਾਂ, ਇਹ ਸਾਰੀਆਂ ਬਾਬਾ ਜੀ ਦੀਆਂ ਜੋ ਰਿਕਾਰਡਿੰਗਾਂ ਨਾਮ ਦੀ ਭੇਟਾ ਬਾਬਾ ਜੀ ਨੇ ਲਈ ਹੈ, ਆਪਾਂ ਨਾਮ ਦੀ ਭੇਟਾ ਅਰਪਣ ਕਰਕੇ ਕੁਰਾਲੀ ਤੋਂ ਪ੍ਰਾਪਤ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਗੱਜ ਵਰ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।